ਗੁਰਦਾਸ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ, ਵਧੀਆ ਹੋਵੋਗੇ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਜੀ ਇੱਕ ਬਿਲਕੁਲ ਸਿੰਪਲ ਜੀ ਰੈਸਪੀ। ਉਹ ਰੈਸਪੀ ਕੀ ਆ ਅੱਗੇ ਤੁਹਾਨੂੰ ਮੈਂ ਵੀਡੀਓ ਵਿੱਚ ਦੱਸਦੀ ਹਾਂ। ਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਸਬਜ਼ੀਆਂ ਕਿਹੜੀਆਂ ਲਈਆਂ ਨੇ, ਇੱਕ ਮੀਡੀਅਮ ਸਾਈਜ਼ ਦੀ ਲੰਬੇ ਪੀਸਾਂ ਵਿੱਚ ਕੱਟ ਕੇ ਸ਼ਿਮਲਾ ਮਿਰਚ ਲੈ ਲਈ ਹੈ, ਤੇ ਇੱਕ ਲਈ ਗਾਜਰ, ਇਹਨੂੰ ਵੀ ਆਪਾਂ ਲੰਬੇ ਪੀਸਾਂ ਵਿੱਚ ਕੱਟ ਲਿਆ, ਇੱਕ ਛੋਟੇ ਜਿਹੇ ਮੀਡੀਅਮ ਸਾਈਜ਼ ਦਾ ਪਿਆਜ਼ ਲਿਆ, ਤੇ ਦੋ ਲਈਆਂ ਹਰੀਆਂ ਮਿਰਚਾਂ ਕੱਟ ਕੇ, ਤੇ ਥੋੜ੍ਹੀ ਜਿਹੀ ਲਈ ਆਪਾਂ ਗੋਭੀ, ਬੰਦ ਗੋਭੀ ਬਿਲਕੁਲ ਬਰੀਕ ਕੱਟ ਗਈ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਰੈਸਪੀ ਬਣਾਉਣ ਲੱਗੇ ਹਾਂ ਜੀ, ਉਹ ਬਣਾਵਾਂਗੇ ਜੀ ਰਾਤ ਦੀ ਬਚੀ ਹੋਈ ਰੋਟੀ ਤੋਂ ਨਾਸ਼ਤਾ। ਨਾਸ਼ਤਾ ਕਹਿ ਲਓ, ਤੁਸੀਂ ਕੁਛ ਵੀ ਕਹਿ ਸਕਦੇ ਹੋ, ਵੀ ਜਿਹੜੇ ਰਾਤ ਦੀ ਬਚੀ ਹੋਈ ਰੋਟੀ ਤੋਂ ਆਪਾਂ ਬਣਾ ਕੇ ਨਿਊਡਲ ਤਿਆਰ ਕਰਾਂਗੇ। ਇਹਨੂੰ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਨਿਊਡਲਾਂ ਨੂੰ, ਉਹ ਅੱਗੇ ਤੁਹਾਨੂੰ ਮੈਂ ਵੀਡੀਓ ਵਿੱਚ ਦੱਸ ਦਿੰਦੀ ਹਾਂ। ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ ਬਣਾਉਣਾ। ਤੇ ਸਭ ਤੋਂ ਪਹਿਲਾਂ ਕਟਿੰਗ ਕਰਾਂਗੇ ਜੀ ਆਪਾਂ ਰੋਟੀਆਂ ਦੀ। ਇੱਥੇ ਆਪਾਂ ਪਹਿਲਾਂ ਇੱਕ ਰੋਟੀ ਲਵਾਂਗੇ, ਤੇ ਰੋਟੀ ਨੂੰ ਚੰਗੀ ਤਰ੍ਹਾਂ ਫੋਲਡ ਕਰ ਲਾਂਗੇ। ਫੋਲਡ ਕਰਨ ਤੋਂ ਬਾਅਦ ਆਪਾਂ ਰੋਟੀ ਨੂੰ, ਤੁਸੀਂ ਕਿਸੇ ਵੀ ਚੋਪਿੰਗ ਬੋਰਡ ਦੇ ਉੱਤੇ ਜਾਂ ਕੋਈ ਸਾਫ ਪਲੇਟ ਦੇ ਉੱਤੇ ਰੋਟੀ ਨੂੰ ਫੋਲਡ ਕਰਕੇ, ਤੇ ਇਹਨੂੰ ਪਤਲੇ ਪਤਲੇ ਪੀਸਾਂ ਵਿੱਚ ਆਪਾਂ ਕਰਦ ਨਾਲ ਕੱਟ ਲਾਂਗੇ, ਬਿਲਕੁਲ ਪਤਲੇ ਪਤਲੇ ਪੀਸਾਂ ਵਿੱਚ। ਇਸ ਤਰ੍ਹਾਂ ਦੇ ਪੀਸ ਸਾਨੂੰ ਚਾਹੀਦੇ ਨੇ, ਤੇ ਇਸੇ ਤਰ੍ਹਾਂ ਆਪਾਂ ਸਾਰੀ ਰੋਟੀ ਨੂੰ ਕੱਟ ਕੇ ਕਰ ਲੈਂਦੇ ਹਾਂ ਜੀ ਤਿਆਰ। ਬਿਲਕੁਲ ਪਤਲੇ ਪਤਲੇ ਪੀਸਾਂ ਨੂੰ ਆਪਾਂ ਕੱਟਾਂਗੇ। ਤੇ ਆਪਾਂ ਸਾਰੀਆਂ ਰੋਟੀਆਂ ਨੂੰ ਇਸੇ ਤਰ੍ਹਾਂ ਕੱਟ ਲੈਂਦੇ ਹਾਂ। ਹਾਂਜੀ, ਰੋਟੀਆਂ ਆਪਾਂ ਸਾਰੀਆਂ ਕੱਟ ਲਈਆਂ ਨੇ, ਤੇ ਹੁਣ ਜਿਹੜੇ ਇਹਨਾਂ ਦੇ ਲੱਛੇ ਬਣੇ ਨੇ ਉਹ ਆਪਾਂ ਇਹਨਾਂ ਨੂੰ ਹੱਥਾਂ ਦੇ ਨਾਲ ਇਸ ਤਰ੍ਹਾਂ ਛਡਾ ਲਾਂਗੇ। ਤੁਸੀਂ ਦੇਖ ਸਕਦੇ ਹੋ ਜਿਹੜੇ ਨਿਊਡਲ ਨੇ ਆਪਣੇ ਰੋਟੀਆਂ ਤੋਂ ਬਹੁਤ ਵਧੀਆ ਤਿਆਰ ਹੋ ਗਏ ਨੇ ਕੱਟ ਕੇ। ਰਾਤ ਦੀਆਂ ਬਚੀਆਂ ਹੋਈਆਂ ਵੇਸਟ ਜਿਹੜੀ ਰੋਟੀ ਹੋ ਜਾਂਦੀ ਆ ਉਹਨਾਂ ਨੂੰ ਆਪਾਂ ਇਸੇ ਤਰ੍ਹਾਂ ਵਰਤ ਸਕਦੇ ਹਾਂ ਜੀ, ਮੁੜ ਵਰਤੋਂ ਵਿੱਚ ਲਿਆ ਸਕਦੇ ਹਾਂ। ਤੇ ਨਿਊਡਲ ਜਿਹੜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ, ਤੇ ਖਾਣ ਵਿੱਚ ਵੀ ਬਹੁਤ ਸਵਾਦ ਲੱਗਦੇ ਨੇ। ਤੇ ਚਲੋ ਜੀ ਫਿਰ ਹੁਣ ਸ਼ੁਰੂ ਕਰਦੇ ਹਾਂ ਜੀ ਇਹਨਾਂ ਨੂੰ ਤੜਕਾ ਲਾਉਣਾ। ਕੜਾਹੀ ਗਰਮ ਹੋ ਗਈ ਹੈ ਆਪਣੀ, ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਘਿਓ। ਘਿਓ ਤੁਸੀਂ ਤੇਲ ਵੀ ਲੈ ਸਕਦੇ ਹੋ, ਘਿਓ ਵੀ ਆਪਾਂ ਲਵਾਂਗੇ ਜੀ, ਦੇਸੀ ਘਿਓ ਥੋੜ੍ਹਾ ਜਿਹਾ, 2 ਚਮਚ ਦੇ ਕਰੀਬ ਦੇਸੀ ਘਿਓ। ਤੇ ਘਿਓ ਨੂੰ ਚੰਗੀ ਤਰੀਕੇ ਨਾਲ ਗਰਮ ਕਰ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਪਾਵਾਂਗੇ ਜੀਰਾ। ਤੇਲ ਘਿਓ ਆਪਣਾ ਇੱਧਰ ਗਰਮ ਹੋ ਗਿਆ, ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਜੀਰਾ, ਤੇ ਜੀਰੇ ਨੂੰ ਥੋੜ੍ਹਾ ਜਿਹਾ ਤੜਕਾ ਲਾਂਗੇ। ਨਾਲ ਹੀ ਹੁਣ ਪਾ ਦੇਣਾ ਜੀ ਕੱਟਿਆ ਹੋਇਆ ਪਿਆਜ਼ ਤੇ ਹਰੀਆਂ ਮਿਰਚਾਂ, ਇਹਨਾਂ ਨੂੰ ਭੁੰਨ ਲੈਂਦੇ ਹਾਂ ਪਿਆਜ਼ਾਂ ਨੂੰ। ਤੇ ਨਾਲ ਹੀ ਇੱਥੇ ਪਾ ਦਾਂਗੇ ਜੀ ਗਾਜਰਾਂ, ਗੋਭੀ ਵੀ ਪਾ ਦਾਂਗੇ। ਇਹਨਾਂ ਦੋਨਾਂ ਸਬਜ਼ੀਆਂ ਨੂੰ ਥੋੜ੍ਹਾ ਜਿਹਾ 1 ਮਿੰਟ ਭੁੰਨ ਲਾ ਲੈਂਦੇ ਹਾਂ। ਇੱਕ ਮਿੰਟ ਭੁੰਨਣ ਤੋਂ ਬਾਅਦ ਗਾਜਰਾਂ ਨੂੰ ਹੁਣ ਆਪਾਂ ਪਾ ਦਾਂਗੇ ਜੀ ਸ਼ਿਮਲਾ ਮਿਰਚਾਂ, ਕਿਉਂਕਿ ਆਪਾਂ ਸਬਜ਼ੀਆਂ ਨੇ ਜਿਹੜੀਆਂ ਇਹਨਾਂ ਨੂੰ ਜ਼ਿਆਦਾ ਨਹੀਂ ਸੋਫਟ ਕਰਨਾ, ਨਰਮ ਕਰਨਾ, ਇਹਨਾਂ ਦਾ ਥੋੜ੍ਹਾ ਜਿਹਾ ਜਿਹੜਾ ਕਰੰਚੀ ਪਾਉਣਾ, ਕੱਚਾ ਪਾਉਣਾ ਉਹ ਆਪਾਂ ਰੱਖਾਂਗੇ, ਕਿਉਂਕਿ ਨਿਊਡਲਾਂ ਵਿੱਚ ਜਿਹੜਾ ਕੱਚਾ ਪਾਉਣਾ ਸਬਜ਼ੀਆਂ ਦਾ ਉਹ ਜ਼ਿਆਦਾ ਵਧੀਆ ਲੱਗਦਾ ਖਾਣ ਵਿੱਚ। ਅਤੇ ਹੁਣ ਇੱਥੇ ਸਵਾਦ ਅਨੁਸਾਰ ਪਾ ਦਾਂਗੇ ਲੂਣ। ਆਪਾਂ ਪਹਿਲਾਂ ਵੀ 2 ਮਿਰਚਾਂ ਪਾਈਆਂ ਨੇ ਹਰੀਆਂ, ਅਤੇ ਇਹਦੇ ਵਿੱਚ ਪਾ ਦਾਂਗੇ ਚਮਚਾ ਚੌਥਾ ਲਾਲ ਮਿਰਚ, ਇਹਨਾਂ ਨੂੰ ਕਰ ਦਾਂਗੇ ਮਿਕਸ। ਅਤੇ 1 ਚਮਚ ਪਾਵਾਂਗੇ ਆਪਾਂ ਸੋਇਆ ਸੌਸ,
ਤੇ ਇੱਕ ਚਮਚ ਪਾਵਾਂਗੇ ਜੀ ਆਪਾਂ ਚਿੱਲੀ ਸੌਸ, ਤੇ 2 ਤੋਂ 3 ਚਮਚੇ ਪਾਵਾਂਗੇ ਸੇਕੇ ਦੇ। ਤੇ 1 ਚਮਚ ਪਾਵਾਂਗੇ ਆਪਾਂ ਰੈੱਡ ਚਿੱਲੀ ਦਾ, ਰੈੱਡ ਸੌਸ ਦਾ। ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਸਬਜ਼ੀਆਂ ਜਿਹੜੀਆਂ ਆਪਣੀਆਂ ਸਾਰੀਆਂ ਹੋ ਗਈਆਂ ਨੇ ਤਿਆਰ, ਅਤੇ ਹੁਣ ਆਪਾਂ ਇੱਥੇ ਪਾ ਜਾਂਗੇ ਰੋਟੀਆਂ ਦੇ ਜਿਹੜੇ ਕੱਟੇ ਹੋਏ ਨਿਊਡਲ ਨੇ। ਇਹਨਾਂ ਨੂੰ ਕਰ ਦਾਂਗੇ ਮਿਕਸ। ਲਓ ਜੀ, ਆਪਣੀ ਰਾਤ ਦੀ ਬਚੀ ਹੋਈ ਰੋਟੀ ਤੋਂ ਨਿਊਡਲ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ, ਅਤੇ ਹੁਣ ਆਪਾਂ ਇਹਨੂੰ ਕੱਢਾਂਗੇ ਜੀ ਇੱਕ ਪਲੇਟ ਦੇ ਵਿੱਚ। ਹਾਂਜੀ, ਨਿਊਡਲ ਆਪਣੇ ਤਿਆਰ ਨੇ, ਅਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਜੀ ਇੱਕ ਪਲੇਟ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਨਿਊਡਲ ਬਣ ਕੇ ਤਿਆਰ ਹੋਏ ਨੇ, ਨਾਲੇ ਆਪਣੀਆਂ ਰੋਟੀਆਂ ਵੀ ਨਹੀਂ ਵੇਸਟ ਹੋਈਆਂ, ਅਤੇ ਇੱਕ ਨਵੇਂ ਤਰੀਕੇ ਦੀ ਰੈਸਪੀ ਆਪਾਂ ਬਣਾ ਕੇ ਖਾਵਾਂਗੇ। ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ, ਬਹੁਤ ਸਵਾਦ ਬਣਦੇ ਨੇ ਨਿਊਡਲ। ਸਬਜ਼ੀਆਂ ਤੁਸੀਂ ਆਪਣੀ ਮਨਪਸੰਦ ਦੀਆਂ ਕੋਈ ਵੀ ਪਾ ਸਕਦੇ ਹੋ। ਅਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਉੱਤੇ ਸੌਸ, ਤੁਸੀਂ ਚਾਹੋ ਤਾਂ ਗ੍ਰੀਨ ਸੌਸ, ਕੋਈ ਵੀ ਚਿੱਲੀ ਸੌਸ ਪਾ ਸਕਦੇ ਹੋ। ਅਤੇ ਆਪਾਂ ਪਾਵਾਂਗੇ ਜੀ ਰੈੱਡ ਸੌਸ, ਟਮਾਟੋ ਸੌਸ। ਅਤੇ ਲਓ ਜੀ, ਆਪਣੇ ਰਾਤ ਦੀ ਬਚੀ ਹੋਈ ਰੋਟੀ ਤੋਂ ਨਿਊਡਲ ਬਣ ਕੇ ਬਿਲਕੁਲ ਤਿਆਰ ਹੋ ਗਏ ਨੇ। ਤੁਸੀਂ ਨਾਸ਼ਤੇ ਵਿੱਚ ਖਾਓ, ਸਵੇਰੇ ਖਾਓ, ਸ਼ਾਮੀ ਖਾਓ, ਜਦੋਂ ਮਰਜ਼ੀ ਤੁਸੀਂ ਬਣਾ ਕੇ ਇਸ ਰੈਸਪੀ ਨੂੰ ਖਾ ਸਕਦੇ ਹੋ। ਅਤੇ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।